ਉਧਰ ਫਿਰੋਜ਼ਪੁਰ ਵਿੱਚ ਉੱਤਰੀ ਰੇਲਵੇ ਫਿਰੋਜ਼ਪੁਰ ਡਿਵੀਜ਼ਨ ਨੂੰ ਇੱਕ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਰੇਲਵੇ ਸਟੇਸ਼ਨਾਂ ਤੇ ਪੁਲਿਸ ਦੀ ਗਸ਼ਤ ਵੀ ਵਧਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਪੱਤਰਾਂ ਵਿੱਚ ਕਈ ਰੇਲਵੇ ਸਟੇਸ਼ਨਾਂ ਨੂੰ ਅਡਾਉਣ ਦੀ ਗੱਲ ਕਹੀ ਗਈ ਹੈ, ਜਿਸ ਨੂੰ ਲੈ ਕੇ ਪੁਲਿਸ ਚੌਕਸੀ ਵਧਾਉਂਦੀ ਨਜ਼ਰ ਆ ਰਹੀ ਹੈ, ਪਰ ਆਮ ਲੋਕ ਇਸ ਚੌਕਸੀ ਨੂੰ ਨਾਕਾਫੀ ਕਰਾਰ ਦੇ ਰਹੇ ਨੇ। ਨਹੀਂ, ਚੈਕਿੰਗ ਤਾਂ ਕੋਈ ਵੀ ਨਹੀਂ ਹੋਈ ਹੈ, ਕਿਸੇ ਤਰ੍ਹਾਂ ਦਾ ਕੋਈ ਪੁਖਤਾ ਇੰਤਜ਼ਾਮ ਵੀ ਨਹੀਂ ਹੈ। ਮੈਂ ਪੂਰਾ ਸਟੇਸ਼ਨ ਘੁੰਮ ਕੇ ਦੇਖਿਆ ਵੈ, ਜਸਟ ਜੋ ਨੋਰਮਲੀ ਜਿਹੜੇ ਆਰਡਰ ਹੁੰਦੇ ਆ, ਜਿਹੜੇ ਕਿ ਇੱਕ ਦੋ ਇੰਪਲਾਈ ਜਿਹੜੇ ਘੁੰਮ ਫਿਰ ਰਹੇ ਨੇ, ਬਸ ਉਹੀ ਸੀ। ਕੋਈ ਕਿਸੇ ਵੱਲੋਂ ਕੋਈ ਜਿੱਦਾਂ ਕਹਿੰਦੇ ਆ ਕਿ ਬਹੁਤ ਵਧੀਆ ਤਰੀਕੇ ਨਾਲ ਕਾਰਜਕਾਰੀ ਹੋਵੇ, ਉਹ ਕੋਈ ਮੈਨੂੰ ਅੱਛੀ ਨਹੀਂ ਲੱਗੀ ਨਹੀਂ ਹੈ। ਕੋਈ ਵੀ ਜੋ ਆਮ ਆਰਡਨਰੀ ਇੰਤਜ਼ਾਮ ਨੇ ਉਹੀ ਨੇ। 15 ਅਗਸਤ ਦੀ ਅਗਰ ਕੋਈ ਧਮਕੀ ਹੈ, ਉਸ ਨੂੰ ਲੈ ਕੇ ਕੋਈ ਖਾਸ ਇੰਤਜ਼ਾਮ ਨਹੀਂ ਹੋਏ। ਬਹੁਤ ਜ਼ਰੂਰੀ ਹੈ, ਕੋਈ ਵੀ ਅਣਸੁਖਾਵੀ ਘਟਨਾ ਵਾਪਰ ਗਈ, ਫਿਰੋਜ਼ਪੁਰ ਡਿਸਟ੍ਰਿਕਟ ਹੈ, ਬਿਲਕੁਲ ਬਾਰਡਰ ਦੇ ਨਜ਼ਦੀਕ ਹੈ, ਜਿੱਥੇ ਕਿ ਘੁਸਪੈਠ ਬਹੁਤ ਆਸਾਨ ਹੈ, ਔਰ ਡਿਵੀਜ਼ਨਲ ਆਫਿਸ ਹੈ। ਸਭ ਨਾਲੋਂ ਬੜੀ ਬਾਤ ਹੈ ਕਿ ਡਿਵੀਜ਼ਨਲ ਆਫਿਸ ਹੈ। ਡਿਵੀਜ਼ਨਲ ਆਫਿਸ ਹੋਣ ਦੇ ਬਾਵਜੂਦ ਜਿੰਨੀ ਇੱਥੇ ਸੁਰੱਖਿਆ ਇੰਤਜ਼ਾਮ ਹੋਣੇ ਚਾਹੀਦੇ, ਉਸ ਦੇ ਮੁਤਾਬਿਕ ਇਹ ਬਹੁਤ ਘੱਟ ਨੇ।